ਸੁਖਬੀਰ ਦੀ ਕਹਾਣੀ ਪੱਥਰ ਇਹੋ ਜੀ ਜੰਜ ਇਸ ਪਿੰਡ ਚ ਪਹਿਲਾਂ ਕਦੀ ਨਹੀਂ ਸੀ ਆਈ ਏਡੀ ਵੱਡੀ ਤੇ ਅਜਿਹੀ ਸਜਤਾਜ ਵਾਲੀ ਫਿਰ ਜਦ ਪਿੰਡ ਦੇ ਲੋਕਾਂ ਦੀ ਨਜ਼ਰ ਲਾੜੇ ਤੇ ਪਈ ਤਾਂ ਉਹਦੀ ਉਸ ਤੇ ਟਿੱਕੀ ਦੀ ਟਿੱਕੀ ਰਹਿ ਗਈ ਇਹੋ ਜਿਹਾ ਸਜੀਲਾ ਗਬਰੂ ਉਹਨਾਂ ਨੇ ਪਹਿਲਾਂ ਕਦੀ ਨਹੀਂ ਸੀ ਵੇਖਿਆ ਜੰਜ ਵੇਖਣ ਲਈ ਕੋਠੇ ਤੇ ਜੁੜੀਆਂ ਤੀਵੀਆਂ ਦੀਆਂ ਅੱਖਾਂ ਵੀ ਲਾੜੇ ਤੇ ਟਿਕੀਆਂ ਹੋਈਆਂ ਸਨ ਇਹੋ ਜਿਹਾ ਉੱਚਾ ਲੰਮਾ ਖੱਦੋਂ ਪਰੇ ਸੋਹਣਾ ਸੁਨੱਖਾ ਗਬਰੂ ਤਵਨ ਨੇ ਕਦੇ ਸੁਪਨੇ 'ਚ ਵੀ ਨਹੀਂ ਸੀ ਵੇਖਿਆ ਬਸ ਵੇਖੀ ਜਾਣ ਤੇ ਦਿਲ ਕਰਦਾ ਸੀ ਸੱਚੀ ਮੁੱਚੀ ਚੰਦਾ ਦੇ ਭਾਗ ਜਾਗ ਪਏ ਸਨ ਸੈਂਆਂ ਲੱਖਾਂ 'ਚ ਕੋਈ ਇੱਕ ਕੁੜੀ ਇਹੋ ਜਿਹਾ ਭਾਗ ਲੈ ਕੇ ਜੰਮਦੀ ਹੈ ਚੰਦਾ ਵੀ ਤੀਵੀਆਂ ਦੇ ਝੁਰਮਟ ਚ ਆਪਣੀਆਂ ਸਹੇਲੀਆਂ ਨਾਲ ਖੜੋਤੀ ਆਪਣੇ ਲਾੜੇ ਨੂੰ ਵੇਖ ਰਹੀ ਸੀ ਉਹਦੀਆਂ ਅੱਖਾਂ ਪਾਟੀਆਂ ਹੋਈਆਂ ਸਨ ਉਹ ਲਾੜੇ ਨੂੰ ਵੇਖ ਵੀ ਰਹੀਆਂ ਸਨ ਨਹੀਂ ਵੀ ਵੇਖ ਰਹੀਆਂ ਸਨ ਉਹਨਾਂ ਦੇ ਸਾਹਮਣੇ ਇੱਕ ਧੁੰਦ ਪਸਰੀ ਹੋਈ ਸੀ ਫਿਰ ਵੇਖਦਿਆਂ ਵੇਖਦਿਆਂ ਚੰਦਾ ਨੂੰ ਜਾਪਿਆ ਉਹਦੇ ਅੰਦਰ ਬਾਹਰ ਹਨੇਰਾ ਹੀ ਹਨੇਰਾ ਪਸਰ ਗਿਆ ਸੀ ਉਹਦੇ ਹੱਥ ਪੈਰ ਨਿਰਜਿੰਦ ਬਣਨ ਲੱਗੇ ਤਦੇ ਚੰਦਾ ਨੂੰ ਘੇਰ ਨਹੀਂ ਆਈ ਤੇ ਉੱਥੇ ਹੀ ਟਹਿ ਪਈ ਕੋਲ ਖੜੋਤੀਆਂ ਤੀਵੀਆਂ ਨੇ ਉਹਨੂੰ ਸੰਭਾਲਿਆ ਰੋਲਾ ਪੈ ਗਿਆ ਉਹ ਬਿਸੁਰਤ ਹੋ ਗਈ ਸੀ ਤੀਵੀਆਂ ਉਹਨੂੰ ਚੁੱਕ ਕੇ ਥੱਲੇ ਲਿਆਂਈਆਂ ਉਹਦੇ ਮੂੰਹ 'ਚ ਪਾਣੀ ਪਾਇਆ ਚਿਹਰੇ ਤੇ ਛਿੱਟੇ ਮਾਰੇ ਅੰਮ੍ਰਿਤ ਧਾਰਾ ਸੁੰਗਾਇਆ ਔਰ ਕਈ ਔੜ-ਪੌੜ ਕੀਤੇ ਅਖੀਰ ਚੰਦਾ ਦੀ ਸੁਰਤ ਪਰਤੀ ਉਹਨੇ ਅੱਖਾਂ ਖੋਲੀਆਂ ਤੇ ਚੁਫੇਰੇ ਜੁੜੀਆਂ ਤੀਵੀਆਂ ਵੱਲ ਵੇਖਿਆ ਤਦ ਇਹਨੇ ਦੋਵਾਂ ਹੱਥਾਂ ਨਾਲ ਆਪਣਾ ਮੂੰਹ ਢਕ ਲਿਆ ਉਹ ਕਿੰਨਾ ਚਿਰਵੇਂ ਮੂੰਹ ਢਕੇ ਲੰਮੀ ਪਈ ਰਹੀ ਤੇ ਸੋਚਦੀ ਰਹੀ ਕਿ ਉਹਦੇ ਮਾਪਿਓ ਨਹੀਂ ਪਤਾ ਨਹੀਂ ਉਹ ਤੋ ਕਿਹੜੇ ਪਿਛਲੇ ਜਨਮ ਦਾ ਵੈਰ ਲਿਆ ਉਹਨੂੰ ਜੰਮਦੇ ਨੂੰ ਜ਼ਹਿਰ ਕਿਉਂ ਨਾ ਦੇ ਦਿੱਤਾ ਤਿੰਨ ਦਿਨ ਜੰਜਦਾ ਉਤਾਰਾ ਰਿਹਾ ਉਸ ਪਿੰਡ 'ਚ ਇਹੋ ਜਿਹਾ ਵਿਆਹ ਨਾ ਕਦੇ ਪਹਿਲਾਂ ਹੋਇਆ ਸੀ ਨਾ ਅੱਗੋਂ ਕਦੇ ਹੋਣ ਦੀ ਆਸ ਸੀ ਤਿੰਨ ਦਿਨ ਬੈਂਡ ਦੀਆਂ ਧੁਨਾਂ ਨਾਲ ਪਿੰਡ ਗੂੰਜਦਾ ਰਿਹਾ। ਤਿੰਨ ਦਿਨ ਨਕਲਾਂ ਹੁੰਦੀਆਂ ਰੀਆਂ, ਮੁਜਰੇ ਹੁੰਦੇ ਰਹੇ। ਉੜਕ ਦੀ ਆਤਿਸ਼ਬਾਜੀ ਚੱਲੀ। ਸਾਰੇ ਲੋਕ ਆਪਣੇ ਕੰਮ ਕਾਜ ਭੁੱਲੇ ਰਹੀ। ਤੀਵੀਆਂ ਨੇ ਜਗਰਾਤੇ ਕੱਟ-ਕੱਟ ਕੇ ਗੀਤ ਗਾਵੇਂ। ਕੰਮ ਕੀਤਾ, ਖੁਸ਼ੀਆਂ ਮਨਾਈਆਂ। ਪਰ ਇਨ੍ਹਾਂ ਤਿੰਨਾਂ ਦਿਨਾਂ 'ਚ ਚੰਦਾ ਦਾ ਜਿਵੇਂ ਦਿਲ ਬੈਠ-ਬੈਠ ਜਾਂਦਾ ਰਿਹਾ। ਉਹਦੇ ਚਿਹਰੇ ਤੇ ਹਵਾਈਆਂ ਉਗਦੀਆਂ ਰਹੀਆਂ। ਅਖੀਰ ਚੰਦਾ ਦੀ ਢੋਲੀ ਸਾਰੇ ਘਰ ਤੁਰ ਗਈ। ਸਾਰੇ ਘਰ ਫੁੱਜ ਕੇ ਕੀ ਕੀ ਸ਼ਗਨ ਹੋਏ ਚੰਦਾ ਨੂੰ ਉਹਨਾਂ ਦੀ ਕੋਈ ਸੁਧ-ਬੁੱਧ ਨਹੀਂ ਸੀ। ਚਫੇਰੇ ਜੁੜੀਆਂ ਤੀਵੀਆਂ ਤੇ ਉਹਨਾਂ ਦੇ ਸ਼ਗਨ ਤੇ ਗੀਤ ਤੇ ਹਾਸੇ ਸਭ ਕੁਝ ਹਨੇਰੇ 'ਚ ਡੁੱਬਾ ਹੋਇਆ ਸੀ। ਕੁੰਡ ਚੁਕਾਈ ਵੇਲੇ ਚੰਦਾ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ। ਉਹ ਕੁਝ ਨਹੀਂ ਸੀ ਵੇਖਣਾ ਚਾਹੁੰਦੀ, ਕੁਝ ਵੀ ਨਹੀਂ ਸੀ ਵੇਖਣਾ ਚਾਹੁੰਦੀ। ਫਿਰ ਉਹ ਖੜੀ ਵੀ ਆਈ ਜਿਹਨੂੰ ਚੰਦਾ ਉੱਕਾ ਹੀ ਵੇਖਣਾ ਨਹੀਂ ਸੀ ਚਾਹੁੰਦੀ। ਉਹ ਤੋਂ ਪਹਿਲਾਂ ਮਰ ਜਾਣਾ ਚਾਹੁੰਦੀ ਸੀ। ਉਸ ਕਮਰੇ ਦੇ ਫਰਸ਼ ਵਿੱਚ ਸਮਾ ਜਾਣਾ ਚਾਹੁੰਦੀ ਸੀ ਉਹਦਾ ਦਿਲ ਕਦੇ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ ਕਦੀ ਚੰਨ ਚੱਕ ਧੜਕਣੋਂ ਬੰਦ ਹੋ ਜਾਂਦਾ ਕਮਰਾ ਭਾਂ ਭਾਂ ਕਰ ਰਿਹਾ ਸੀ ਅਖੀਰ ਕੋਈ ਕਮਰੇ 'ਚ ਆਇਆ ਹੌਲੀ-ਹੌਲੀ ਤੁਰਦਾ ਚੰਦਾ ਦੇ ਲਾਗੇ ਆ ਕੇ ਬੈਠਾ ਫਿਰ ਉਹਦਾ कुंठ ਚੁੱਕਣ ਲੱਗਾ ਫਲਾਂ ਇਸ ਚੰਦ ਨੂੰ ਕਦ ਤੱਕ ਬਦਲਾਂ 'ਚ ਲੁਕੋ ਕੇ ਰੱਖੇਂਗੀ ਉਹ ਕਹਿ ਰਿਹਾ ਸੀ ਇਹ ਚੰਦ ਤਾਂ ਹੁਣ ਮੇਰੀ ਜ਼ਿੰਦਗੀ 'ਚ ਚਮਕੇਗਾ ਕਿ ਜਦ ਉਸ ਚੰਨ ਸਾਹਮਣੇੋਂ ਬੱਦਲ ਹਟਿਆ ਤਾਂ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਹਨੂੰ ਜਿਵੇਂ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ। ਇਹ ਕਿਹੋ ਜਿਹਾ ਗ੍ਰਹਿਣਿਆ ਹੋਇਆ ਚੰਨ ਸੀ। ਚੰਨ ਨਹੀਂ ਇੱਕ ਬੇਡੌਲ ਪੱਥਰ। ਇਹੋ ਜਿਹਾ ਕੋਝਾ ਚਿਹਰਾ ਉਹਨੇ ਕਦੇ ਨਹੀਂ ਸੀ ਤੱਕਿਆ। ਭਲਾ ਇਹੋ ਜਿਹਾ ਕੋਝਾ ਚਿਹਰਾ ਵੀ ਹੋ ਸਕਦਾ। ਨਾ ਰੰਗ ਰੂਪ, ਨਾ ਮੂਹ ਮੱਥਾ। ਚੰਦਾ ਦਾ ਪਤੀ ਹਰਨਾਮਦਾਸ ਜਿਵੇਂ ਬੈਠਾ ਸੀ ਬੈਠਾ ਰਹਿ ਗਿਆ। ਉਹਦੀਆਂ ਅੱਖਾਂ ਦੇ ਸਾਹਮਣੇ ਚੰਦਾ ਦਾ ਚਿਹਰਾ ਸੀ ਤੇ ਹਨੇਰਾ ਸੀ। ਚੰਦਾ ਦਾ ਚਿਹਰਾ ਸੀ ਤੇ ਖਲਾਸ ਸੀ ਅਖੀਰ ਜਦ ਨੂੰ ਹੋਸ਼ ਆਈ ਤੋ ਝਟਕੇ ਨਾਲ ਉੱਠਿਆ ਹੁਣ ਇੱਕ ਵਾਰ ਫੇਰ ਚੰਦਾ ਦੇ ਚਿਹਰੇ ਨੂੰ ਵੇਖਿਆ ਤੇ ਦੂਜੇ ਬਿੰਦ ਕਮਰੇ ਚੋਂ ਨਿਕਲ ਗਿਆ ਚੰਦਾ ਪੱਥਰ ਬਣੀ ਸੀ ਉਹਦੇ ਪਥਰਾਏ ਹੋਏ ਅੰਗਾਂ ਚ ਡਰਦਾ ਕੰਬਾ ਸੀ ਉਹਦਾ ਸਾਰਾ ਸਰੀਰ ਕੱਚੀ ਤਰੇਲੀ ਨਾਲ ਨਹਾਤਾ ਹੋਇਆ ਸੀ ਉਹਨੂੰ ਉਸ ਕਮਰੇ ਤੋਂ ਡਰ ਲੱਗ ਰਿਹਾ ਸੀ ਜਿਸ ਵਿੱਚ ਫੁੱਲਾਂ ਦੀ ਤੇ ਇਤਰ ਦੀ ਖੁਸ਼ਬੂ ਸੀ ਕਮਰੇ ਚ ਚਾਨਣ ਸੀ ਪਰ ਚੰਦਾ ਨੂੰ ਉਸ ਤੋਂ ਕੁਝ ਵੀ ਨਹੀਂ ਸੀ ਦਿਸ ਰਿਹਾ ਉਹ ਸੋਚ ਰਹੀ ਸੀ ਕਾਸ਼ ਇਸ ਵੇਲੇ ਕਿਤੇ ਉਹ ਜ਼ਹਿਰ ਮਿਲ ਜਾਏ ਜ਼ਹਿਰ ਮਿਲ ਜਾਏ ਤਾਂ ਮੈਂ ਛੁਟਕਾਰਾ ਪਾ ਜਾਵਾਂ ਜ਼ਹਿਰ ਖਾਣ ਬਾਰੇ ਚੰਦਾ ਨੇ ਪਹਿਲਾਂ ਵੀ ਇੱਕ ਦੋ ਵਾਰੀ ਸੋਚਿਆ ਸੀ ਪਰ ਜ਼ਹਿਰ ਕਿਤੇ ਉਹ ਨਹੀਂ ਸੀ ਮਿਲ ਸਕਿਆ ਕਿ ਉਹ ਮਰ ਨਹੀਂ ਸੀ ਸਕੀ ਪਰ ਇਹ ਜਿਉਂਦੇ ਜੀ ਕਿਹੋ ਜੀ ਮੌਤ ਸੀ ਇੱਕ ਵਾਰ ਚੰਦਾ ਦੇ ਸਾਹਮਣੇ ਆਪਣਾ ਚਿਹਰਾ ਆ ਮਾਤਾ ਦੇ ਡੂੰਘੇ ਦਾਗਾਂ ਨਾਲ ਭਰਿਆ ਹੋਇਆ ਚਿਹਰਾ ਅਨਕੜ ਨਕਸ਼ਾ ਵਾਲਾ ਚਿਹਰਾ ਬਿਮਾਰ ਚਿਹਰਾ ਚੰਦਾ ਜ਼ਿਆਦਾਤਰ ਬਿਮਾਰ ਰਹਿੰਦੀ ਸੀ ਜਨਮ ਤੋਂ ਹੀ ਬਿਮਾਰੀ ਉਹਦੇ ਪਿੱਛੇ ਲੱਗੀ ਹੋਈ ਸੀ ਫਿਰ ਇੱਕ ਵਾਰ ਉਹਦੀ ਖੱਬੀ ਬਾਹਾਂ ਟੁੱਟ ਗਈ ਸੀ ਜੋ ਹੁਣ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਦੀ ਤੇ ਉਹਦੀ ਖੱਬੀ ਅੱਖ ਵੀ ਦੂਜੀ ਨਾਲੋਂ ਕੁਝ ਛੋਟੀ ਸੀ ਚੰਦਾ ਪੱਥਰ ਬਣੀ ਬੈਠੀ ਰਹੀ ਸਮੇਂ ਦੀ ਤੋਰ ਦਾ ਉਹਨੂੰ ਕੁਝ ਪਤਾ ਨਹੀਂ ਸੀ ਰਾਤ ਅੱਧੀਆਂ ਉੱਪਰ ਬੀਤ ਚੁੱਕੀ ਸੀ ਕਮਰੇ 'ਚ ਡੁੱંગી ਚੁੱਪ ਸੀ ਅਖੀਰ ਉਹ ਚੁੱਪ ਟੁੱਟੀ ਚੰਦਾ ਦਾ ਪਤੀ ਅੰਦਰ ਆਇਆ ਉਹਦੇ ਕਦਮ ਲੜਖੜਾ ਰਹੇ ਸਨ ਵੇਖਦਿਆਂ ਵੇਖਦਿਆਂ ਸਾਰੇ ਕਮਰੇ ਚ ਸ਼ਰਾਬ ਦੀ ਹਵਾੜ ਫੈਲ ਗਈ ਚੰਦਾ ਇੱਕ ਵਾਰ ਗਈ ਕੰਬ ਉੱਠੀ ਹੁਣ ਕੀ ਹੋਏਗਾ ਉਹਨੇ ਸੋਚਿਆ ਹੁਣ ਕੀ ਹੋਏਗਾ ਉਹਨੇ ਪਤੀ ਵੱਲ ਵੇਖਿਆ ਤਦ ਉਹ ਉੱਠੀ ਤੇ ਪਤੀ ਦੇ ਕਦਮਾਂ ਚ ਟਹਿ ਪਈ ਉਹਨੇ ਪਤੀ ਦੇ ਪੈਰ ਫੜ ਲਏ ਤੇ ਹੰਝੂਆਂ ਨਾਲ ਭਿਉਂ ਦਿੱਤੇ ਉਹ ਰੋਂਦੀ ਰਹੀ ਉਹਨੂੰ ਜਾਪਿਆ ਕਿ ਉਹਦਾ ਪਥਰਾਇਆ ਹੋਇਆ ਸਰੀ ਢਲਣ ਲੱਗਾ ਸੀ ਤਦੇ ਉਹਨੂੰ ਝਟਕਾ ਲੱਗਾ ਉਹਦਾ ਸਿਰ ਫਰਸ਼ ਤੇ ਵੱਜਾ ਹਰਨਾਮਦਾਸ ਆਪਣੀ ਲੱਤ ਛੁੜਾ ਕੇ ਕੁਝ ਦੂਰ ਪਰੇ ਖੜੋ ਗਿਆ ਸੀ। ਉਹਦਾ ਸਰੀਰ ਕੰਬ ਰਿਹਾ ਸੀ ਤੇ ਉਹਦੀਆਂ ਅੱਖਾਂ ਪਾਟੀਆਂ ਹੋਈਆਂ ਸਨ। ਉਹ ਦੈਂਤ ਲੱਗਦਾ ਸੀ। ਚੰਦਾ ਨੇ ਮੂੰਹ ਉੱਪਰ ਚੁੱਕਿਆ ਤੇ ਇੱਕ ਨਜ਼ਰ ਪਤੀ ਨੂੰ ਵੇਖਿਆ। ਬੜਾ ਡਰਾਉਣਾ ਸੀ ਉਹਦਾ ਚਿਹਰਾ। ਗੁੱਸੇ ਨਾਲ ਤੇ ਤਣਿਆ ਹੋਇਆ। ਵੇਖ ਕੇ ਚੰਦਾ ਦਾ ਸਾਹ ਸੁੱਤਿਆ ਗਿਆ। ਉਹਨੂੰ ਲੱਗਾ ਉਹਨੂੰ ਗੱਸ਼ ਪੈ ਜਾਏਗੀ। ਤਦੇ ਹਰਨਾਮਦਾਸ ਉਸ ਵੱਲ ਵਧਿਆ ਤੇ ਦੋਵਾਂ ਹੱਥਾਂ 'ਚ ਉਹਦੀ ਧੌਣ ਫੜ ਕੇ ਘੁੱਟਣ ਲੱਗਾ। ਚੰਦਾ ਦੇ ਡੇਲੇ ਬਾਹਰ ਆ ਰਹੇ ਸਨ ਉਹ ਬੇਸੁਰਤੀ ਜਈ ਚਪਤੀ ਦੀਆਂ ਫौलाਦੀ ਉਂਗਲਾਂ ਦੀ ਪੀਂਚ ਮਹਿਸੂਸ ਕਰ ਰਹੀ ਸੀ ਉਹਨੂੰ ਸਾਹਮਣੇ ਮੌਤ ਦਿਸ ਰਹੀ ਸੀ ਇਹ ਮੌਤ ਕਿੰਨੀ ਭਿਆਨਕ ਸੀ ਇਸ ਪਰਾਏ ਘਰ ਚ ਕਿਹੋ ਜੀ ਮੌਤ ਸੀ ਪਰ ਫਿਰ ਚੰਦਾ ਨੂੰ ਲੱਗਾ ਮੌਤ ਹੀ ਸਾਰੇ ਦੁੱਖਾਂ ਦਾ ਇਲਾਜ ਸੀ ਚੰਗਾ ਹੈ ਮੈਂ ਮਰ ਜਾਵਾਂ ਉਹਨੇ ਮੰਨ ਚੁੱਕਿਆ ਤੇ ਪਤੀ ਦੇ ਭਿਆਨਕ ਬਣੇ ਚਿਹਰੇ ਨੂੰ ਇੱਕ ਨਜ਼ਰ ਵੇਖ ਕੇ ਅੱਖਾਂ ਮੀਟ ਲਈਆਂ ਸਵੇਰ ਹੋਣ ਤੋਂ ਕੁਝ ਪਹਿਲਾਂ ਚੰਦਾ ਦੀ ਸੁਰਤ ਪਰਤੀ ਉਹਨੇ ਅੱਖਾਂ ਖੋਲ ਕੇ ਵੇਖਿਆ ਉਹ ਫਰਸ਼ ਤੇ ਪਈ ਹੋਈ ਸੀ ਹਰਨਾਮਦਾਸ ਪਲੰਗ ਤੇ ਖੂਕ ਸੁਤਾ ਪਿਆ ਸੀ ਚੰਦਾ ਉੱਠੀ ਪੋਲੇ ਪੋਲੇ ਕਦਮ ਰੱਖਦੀ ਪਲੰਗ ਕੋਲ ਗਈ ਉਹਦੀਆਂ ਲੱਤਾਂ ਕੰਬ ਰਹੀਆਂ ਸਨ ਉਹ ਪਲੰਗ ਨੂੰ ਫੜ ਕੇ ਖਲੋ ਗਈ ਤੇ ਪਤੀ ਦੇ ਚਿਹਰੇ ਨੂੰ ਇੱਕ ਟੱਕ ਵੇਖਣ ਲੱਗੀ ਤਦ ਉਹ ਚਿਹਰਾ ਰਾਤ ਵਰਗਾ ਭਿਆਨਕ ਨਹੀਂ ਸੀ ਉੰਜੋ ਬੜਾ ਰੋਪਦਾਰ ਚਿਹਰਾ ਸੀ ਫਿਰ ਵੀ ਉਸ ਤੇ ਇੱਕ ਅਜੀਬ ਜਈ ਮਾਸੂਮੀਅਤ ਸੀ ਚੰਦਾ ਉਹਨੂੰ ਇੱਕ ਟੱਕ ਦੇਖਦੀ ਰਹੀ ਉਹ ਚਿਹਰਾ ਜਿਵੇਂ ਕੁਝ ਮੰਗ ਰਿਹਾ ਸੀ ਕੀ ਮੰਗ ਰਿਹਾ ਚੰਦਾ ਨੇ ਸੋਚਿਆ ਕਿਸ ਸ਼ੈ ਦੀ ਘਾਟ ਹੈ ਉਸ ਕੋਲ ਚੰਦਾ ਨੂੰ ਲੱਗਾ ਉਹ ਚਿਹਰਾ ਪੂਜਣ ਯੋਗ ਸੀ ਤੇ ਹੱਥਾਂ ਵਿੱਚ ਲੈ ਕੇ ਚੁੰਮਣ ਯੋਗ ਵੀ ਐਡਾ ਭਰਮਾਂ ਤੇ ਰੋਪਦਾਰ ਚਿਹਰਾ ਪਰ ਨਾਲ ਹੀ ਜਿਵੇਂ ਕਿਸੇ ਬੱਚੇ ਦਾ ਚਿਹਰਾ ਹੋਵੇ ਉਹਦੇ ਬੁੱਲਾਂ 'ਚ ਇੱਕ ਪਾਸੇ ਵੱਲ ਪਤਲੀ ਜੀ ਲਾਰ ਵਗ ਰਹੀ ਸੀ ਚੰਦਾ ਦੇ ਦਿਲ ਚ ਆਇਆ ਉਸ ਲਾਰ ਨੂੰ ਆਪਣੇ ਸਾਲੂ ਦੇ ਪੱਲੇ ਨਾਲ ਪਹੁੰਚ ਦੇਵੇ ਪਰ ਉਹ ਅੱਗੇ ਨਾ ਵੱਧ ਸਕੇ ਤਦੇ ਹਰਨਾਮਦਾਸ ਨੇ ਅੱਖਾਂ ਖੋਲ੍ਹੀਆਂ ਉੱਠ ਕੇ ਬੈਠ ਗਿਆ ਚੰਦਾ ਉਹਦੇ ਸਾਹਮਣੇ ਖੜ੍ਹਾ ਨਾ ਸਕੇ ਤੇ ਉਸੇ ਵੇਲੇ ਕਮਰੇ ਚੋਂ ਬਾਹਰ ਨਿਕਲ ਗਈ ਹਰਨਾਮਦਾਸ ਨੂੰ ਕਮਰਾ ਬੜਾ ਉਪਰਾਜਾ ਜਿਹਾ ਲੱਗਾ ਉਸ ਵਿੱਚ ਹੁੰਮ ਜਾਪਿਆ ਉਹਦਾ ਸਾਹ ਕੁਟੇਣ ਲੱਗਾ ਓਠਿਆ ਤੇ ਆਪਣੇ ਖੇਤਾਂ ਵੱਲ ਤੁਰ ਪਿਆ ਨਿਕਰਿਆ ਹੋਇਆ ਦਿਨ ਸੀ ਖੇਤਾਂ 'ਚ ਫਸਲਾਂ ਲਹਿਰਾ ਰਹੀਆਂ ਸਨ ਹਰਨਾਮਦਾਸ ਇਧਰ ਉਧਰ ਘੁੰਮਦਾ ਰਿਹਾ ਫਿਰ ਉਹ ਇੱਕ ਖੇਤ ਦੀ ਵੱਟ ਤੇ ਬੈਠ ਗਿਆ ਉਸ ਖੇਤ ਵਿੱਚ ਮੱਕੀ ਦੇ ਹਰੇ ਕੱਚੂ ਟਾण्डे ਲਹਿਰਾ ਰਹੇ ਸਨ ਹਰਨਾਮਦਾਸ ਨੇ ਇੱਕ ਹੱਥ ਨਾਲ ਕੁਝ ਇੱਕ ਟਾण्डे ਫੜੇ ਤੇ ਮਰੁੰਡ ਸੁਟਾਈ ਫਿਰ ਕੁਝ ਹੋਰ ਟਾण्डे ਫੜੇ ਤੇ ਉਹਨਾਂ ਨੂੰ ਜੜਾਂ ਤੋਂ ਪੁੱਟ ਸੁਟਿਆ ਕੁਝ ਅਗਾਹ ਹੋਰ ਨਾਲ ਟਾण्डेਆਂ ਨਾਲ ਰਤਕ ਉੱਚੇਰੇ ਇੱਕ ਟਾण्डे ਤੇ ਨਿੱਕੀ ਜਿਹੀ ਚਿੜੀ ਬੈਠੀ ਹੋਈ ਸੀ ਉਹ बार-बार ਝੁੰਝ ਚੁੱਕ ਕੇ ਉਸ ਵੱਲ ਵੇਖ ਰਹੀ ਸੀ ਹਰਨਾਮਦਾਸ ਨੇ ਵੱਟ ਨਾਲੋਂ ਇੱਕ ਟੀਮ ਬੰਨੀ ਚਿੜੀ ਤੇ ਭਗਾ ਕੇ ਮਾਰੀ ਜਿਹੜੀ ਫਰਰ ਕਰਕੇ ਉੱਡ ਗਈ ਹਰਨਾਮਦਾਸ ਨੇ ਇੱਕ ਵਾਰ ਫੇਟ ਟਾਂਡਿਆਂ ਦਾ ਰੁਗ ਪਰ ਕੇ ਮਰੁੰਡਿਆ ਫਿਰ ਉਠਿਆ ਉਹਨੇ ਇੱਧਰ ਉੱਧਰ ਵੇਖਿਆ ਉਹਨੂੰ ਸੁਝ ਨਹੀਂ ਸੀ ਰਿਹਾ ਕਿ ਕਿੱਧਰ ਜਾਵੇ ਅਖੀਰ ਉਹ ਇੱਕ ਪਾਸੇ ਵੱਲ ਤੁਰ ਪਿਆ ਤੇ ਗਾਂ ਇੱਕ ਖੂਹ ਤੇ ਜਾ ਕੇ ਰੁਕਿਆ ਉਹਨੂੰ ਅੰਤਾਂ ਦੀ ਤਰੇ ਲੱਗੀ ਸੀ ਉਹਨੇ ਖੂਹ ਦੀ ਗਾਦੀ ਨੂੰ ਇਕੱਠੇ ਚਾਰ ਪੰਜ ਢੇਡੇ ਦੇ ਉੱਤੇ ਤੇ ਫਿਰ ਕਿੰਨਾ ਚਿਰ ਨਸਾਰ ਵਿੱਚ ਮੂੰਹ ਡੋਬੀ ਪਾਣੀ ਪੀਂਦਾ ਰਿਹਾ। ਉੱਥੋਂ ਉੱਠ ਕੇ ਉਹਨੇ ਫੇਰ ਇੱਧਰ ਉੱਧਰ ਦੇ ਵੇਖਿਆ ਕਿੱਥੇ ਜਾਵੇ। ਉਹਨੂੰ ਪਤਾ ਨਹੀਂ ਸੀ ਲੱਗ ਰਿਹਾ। ਉਹ ਖੂਹ ਕੋਲ ਤੂਤ ਨਾਲ ਪਿੱਛੇ ਟੇਕ ਕੇ ਖੜੋ ਗਿਆ। ਇੱਕ ਹਾਥੋਂ ਪਰ ਚੁੱਕ ਕੇ ਉਹਨੇ ਤੂਤ ਦੇ ਟਾਣ ਨੂੰ ਫੜਿਆ ਹੋਇਆ ਸੀ। ਉਹ ਚੋਖਾ ਮੋਟਾ ਟਾਣ ਸੀ। ਉਸ ਨਾਲ ਲਟਕ ਕੇ ਝੂਟਿਆ ਜਾ ਸਕਦਾ ਸੀ। ਹਰਨਾਮਦਾਸ ਦਾ ਹੱਥ ਹੌਲੀ-ਹੌਲੀ ਥੱਲੇ ਆਉਣ ਲੱਗਾ। ਉਹਦਾ ਚਿਹਰਾ ਤਣ ਗਿਆ ਤੇ ਫਿਰ ਕੜਾਕ ਕਰਕੇ ਉਹ ਟਾਣ ਟੁੱਟ ਗਿਆ। ਹਰਨਾਮ ਦਾਸ ਨੇ ਉਹਨੂੰ ਖੂਹ ਚ ਵਗਾ ਮਾਰਿਆ ਉਹ ਕੁਛ ਚਿਰ ਖੂਹ ਵੱਲ ਤੱਕ ਦਾ ਖੜੋਤਾ ਰਿਹਾ ਫਿਰ ਖੂਹ ਕੋਲ ਗਿਆ ਤੇ ਉਹਦੀ ਮੌਣ ਤੇ ਖੜੋ ਗਿਆ ਉਹਨੇ ਖੂਹ ਚ ਝਾਕਿਆ ਕੁਛ ਚਿਰ ਝਾਕਦਾ ਰਿਹਾ ਫਿਰ ਇੱਕ ਵਾਰੇ ਇੱਧਰ ਉੱਧਰ ਝਾਕਿਆ ਤੇ ਮੌਣ ਤੋਂ ਉਤਰ ਗਿਆ ਉਹ ਦਿਨ ਭਰ ਖੇਤਾਂ ਚ ਭਟਕਦਾ ਰਿਹਾ ਉਹਨੂੰ ਚੈਨ ਨਹੀਂ ਸੀ ਅਖੀਰ ਰਾਤ ਦਾ ਹਨੇਰਾ ਪਸਰ ਗਿਆ ਤਾਂ ਇੱਕ ਖੇਤ ਦੀ ਵੱਟ ਤੇ ਬੈਠਾ ਹੋਇਆ ਉੱਠਿਆ ਹੁਣ ਉਹਨੂੰ ਪਤਾ ਸੀ ਉਹਨੇ ਕਿੱਥੇ ਜਾਣਾ ਸੀ ਫੇਰ ਕੱਲ ਵਾਲੀ ਰਾਤ ਚੰਦਾ ਲਈ ਦਿਨ ਪਹਾੜ ਬਣਿਆ ਰਿਹਾ ਸੀ ਹੁਣ ਰਾਤ ਵੀ ਇੱਕ ਪਹਾੜ ਸੀ ਤੇ ਉਹ ਕਮਰਾ ਜਿਸਟ ਬੈਠੀ ਉਹ પતિ ਦੀ ਉਡੀਕ ਕਰ ਰਹੀ ਸੀ ਪਹਾੜ ਦੀ ਭਿਆਨਕ ਗੁਫਾ ਵਾਂਗ ਸੀ ਉਸ ਤੋਂ ਨਿਕਲ ਕੇ ਭੱਜ ਜਾਣ ਦਾ ਕੋਈ ਰਾਹ ਨਹੀਂ ਸੀ ਹਰਨਾਮਦਾਸ ਲੜਖੜਾਉਂਦਾ ਹੋਇਆ ਕਮਰੇ 'ਚ ਆਇਆ ਤਾਂ ਚੰਦਾ ਤੋਂ ਉੱਠਿਆ ਨਾ ਗਿਆ ਹਰਨਾਮਦਾਸ ਉਹਦੇ ਸਾਹਮਣੇ ਆ ਕੇ ਖੜਾ ਹੋ ਗਿਆ ਉਹਨੂੰ ਨੀਝ ਲਾ ਕੇ ਵੇਖਣ ਲੱਗਾ ਚੰਦਾ ਨੂੰ ਉਹਦੀਆਂ ਅੱਖਾਂ ਤੋਂ ਭੈ ਆਇਆ ਉੱਠੀ ਤੇ ਉਹਦੇ ਕਦਮਾਂ ਤੇ ਟੈਪੀ ਤੇ ਪੈਰ ਫੜ ਕੇ ਰੋਣ ਲੱਗੀ ਉਹਨੂੰ ਠੋਕਰ ਵੱਜੀ ਫੇਰ ਇੱਕ ਹੋਰ ਠੋਕਰ ਵੱਜੀ ਫੇਰ ਦੋ ਹੋਰ ਠੋਕਰਾਂ ਵੱਜੀਆਂ ਹਰਨਾਮਦਾਸ ਕੁਝ ਬੋਲਨੀ ਸੀ ਰਿਆ ਚੰਦਾ ਚਾਹੁੰਦੀ ਸੀ ਉਹ ਕੁਝ ਬੋਲੇ ਕੁਝ ਤਾਂ ਬੋਲੇ ਪਰ ਉਹ ਚੁੱਪ ਸੀ ਚੰਦਾ ਨੂੰ ਉਸ ਨਾਲੋਂ ਵੱਧ ਉਹਦੀ ਚੁੱਪ ਤੋਂ ਡਰ ਲੱਗ ਰਿਹਾ ਸੀ ਉਹਨੇ ਦੋ ਤਿੰਨ ਠੁੱਡ ਹੋਰ ਚੰਦਾ ਦੇ ਮਾਰੇ ਫੇਰ ਉਹਨੂੰ ਮੋਢਿਆਂ ਤੋਂ ਫੜ ਕੇ ਆਪਣੇ ਸਾਹਮਣੇ ਖੜਾ ਕੀਤਾ ਤੇ ਉਹਦੇ ਚਿਹਰੇ ਨੂੰ ਨੀਜ ਲਾ ਕੇ ਵੇਖਣ ਲੱਗਾ ਉਹਨੂੰ ਠੀਕ ਤਰ੍ਹਾਂ ਦਿਸ ਨਹੀਂ ਸੀ ਰਹੀ ਚੰਦਾ ਤੋਂ ਉਹਦੀਆਂ ਅੱਖਾਂ ਦੀ ਤਾਬ ਨਾ ਛਲੀ ਗਈ ਉਹਨੇ ਆਪਣਾ ਚਿਹਰਾ ਦੋਹਾਂ ਹੱਥਾਂ ਨਾਲ ਢੱਕ ਲਿਆ ਹਰਨਾਮ ਦਾਸ ਨੇ ਝਟਕੇ ਨਾਲ ਉਹਦੇ ਦੋਵੇਂ ਹੱਥ ਚਿਹਰੇ ਤੋਂ ਹਟਾਏ ਤੇ ਉਹਦੇ ਮੂੰਹ ਤੇ ਥੁੱਕਿਆ ਚੰਦਾ ਉਹਦੇ ਸਾਹਮਣੇ ਅਡੋਲ ਖੜੋਤੀ ਸੀ ਉਹਨੇ ਉਸ ਵਲੇੰਜ ਮੂੰਹ ਚੁੱਕਿਆ ਹੋਇਆ ਸੀ ਜਿਵੇਂ ਕਹਿਰੀ ਹੋਵੇ ਹੋਰ ਥੁੱਕੋ ਹੋਰ ਥੁੱਕੋ ਮੈਸੇ ਲਾਇਕਾ ਇਹ ਗੱਲ ਮੂੰਹ ਕਹਿਣਾ ਚਾਹੁੰਦੀ ਸੀ ਪਰ ਉਹਦੇ ਬੁੱਲ ਖੁੱਲ ਨਹੀਂ ਸੀ ਰਹੇ ਹਰਨਾਮਦਾਸ ਕੁਛੇਰ ਉਹਦੇ ਚਿਹਰੇ ਵੱਲ ਤੱਕਧਾਰਿਆ ਚੰਦਾ ਨੇ ਵੇਖਿਆ ਉਹਦਾ ਚਿਹਰਾ ਢਿੱਲਾ ਪੈ ਰਿਹਾ ਸੀ ਉਹਦੀਆਂ ਅੱਖਾਂ ਹੁਣ ਪਹਿਲਾਂ ਜਿੰਨੀਆਂ ਭਿਆਨਕ ਨਹੀਂ ਸੰ ਲੱਗ ਰਹੀਆਂ ਚੰਦਾ ਦਾ ਡਰ ਕੁਝ ਘਟਿਆ ਉਹਦੇ ਦਿਲ 'ਚ ਆਇਆ ਕਿ ਇੱਕ ਵਾਰ ਫੇਰ ਪਤੀ ਦੇ ਕਦਮਾਂ ਤੇ ਟਹਿ ਪਏ ਪਰ ਤਦੇ ਹਰਨਾਮਦਾਸ ਨੇ ਆਪਣਾ ਸੱਜਾ ਹੱਥ ਉੱਪਰ ਚੁੱਕਿਆ ਉਸ ਤੇ ਥੁੱਕਿਆ ਫਿਰ ਉਸ ਹੱਥ ਨਾਲ ਕੱਸ ਕੇ ਆਪਣੇ ਮੂੰਹ ਤੇ ਚਪੇੜ ਮਾਰੀ ਫਿਰ ਉਹਨੇ ਉਸੇ ਹੱਥ ਦਾ ਮੁੱਕਾ ਵਟਕੇ ਆਪਣੇ ਮੂੰਹ ਤੇ ਮਾਰਿਆ ਫਿਰ ਉਹ ਬੇਤਹਾਸ਼ਾ ਆਪਣੇ ਆਪ ਨੂੰ ਮਾਰਨ ਲੱਗਾ ਧੰਨਵਾਦ ਚਲਦਾ